ਮੁਕੇਰੀਆਂ ਦੇ ਪਿੰਡ ਨੰਗਲ ਬਿਹਾਰਾਂ ਵਿੱਚ ਬੀਤੀ ਰਾਤ ਚੋਰਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਲਗਾਏ 2 ਟਰਾਂਸਫਾਰਮਰ ਚੋਰੀ ਕਰ ਲਏ। ਪਿੰਡ ਨੰਗਲ ਬਿਹਾਰਾਂ ਵਿੱਚ ਚੋਰਾਂ ਵੱਲੋਂ ਇਹ ਤੀਜੀ ਵਾਰਦਾਤ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਇਹਨਾਂ ਚੋਰਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਇਸ ਸੰਬੰਧੀ ਚੋਰੀ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਵੀ ਕਈ ਵਾਰ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਹੁਣ ਚੋਰਾਂ ਨੇ ਸਾਡੇ ਟਿਊਬਵੈੱਲਾਂ 'ਤੇ ਲੱਗੇ ਟਰਾਂਸਫਾਰਮਰ ਵੀ ਚੋਰੀ ਕਰ ਲਏ। ਚੋਰਾਂ ਨੇ ਟਰਾਂਸਫਾਰਮਰਾਂ 'ਚੋਂ ਤੇਲ ਅਤੇ ਤਾਂਬੇ ਦੀਆਂ ਤਾਰਾਂ ਚੋਰੀ ਕਰ ਲਈਆਂ ਅਤੇ ਜਾਂਦੇ ਸਮੇਂ ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਦਾ ਸਮਾਨ ਭੰਨ ਦਿੱਤਾ, ਜਿਸ ਕਾਰਨ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਖੇਤ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰਾਂਸਫਾਰਮਰ ਚੋਰਾਂ ਦੇ ਇਸ ਗਰੋਹ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਹੋਰ ਕਿਸੇ ਕਿਸਾਨ ਦਾ ਨੁਕਸਾਨ ਨਾ ਹੋਵੇ। ਇਸ ਸੰਬੰਧੀ ਥਾਣਾ ਹਾਜੀਪੁਰ ਦੇ SI ਨਾਮਦੇਵ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਚੋਰੀ ਦੀ ਘਟਨਾ ਸੰਬੰਧੀ ਸੂਚਨਾ ਮਿਲੀ ਸੀ, ਜਿਸ ਤਹਿਤ ਅਸੀਂ ਘਟਨਾ ਵਾਲੀ ਥਾਂ 'ਤੇ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਅਤੇ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਚੋਰੀ ਹੋਈ ਹੈ, ਕਿੱਦਾਂ ਹੋਇਆ, ਕੀ ਵਾਰਦਾਤ ਹੋਈ ਸਾਰੀ? ਅਸੀਂ ਪਰਸੋਂ ਦੀ ਗੱਲ ਹੈ ਜੀ, ਅਸੀਂ ਕਿਤੇ ਗਏ ਸੀ ਜਗ੍ਹਾ 'ਤੇ, ਕਿਤੇ ਬਾਬੇ ਬਾਲਕ ਨਾਥ ਦੇ ਮੰਦਿਰ ਉੱਥੇ ਜੀ ਮੱਥਾ ਟੇਕਣ, ਅਤੇ ਕੱਲ੍ਹ ਅਸੀਂ ਸ਼ਾਮੀ ਆਏ ਹਾਂ ਅਤੇ ਆ ਕੇ ਮੈਂ ਪੈਲੀ 'ਚ ਆਇਆ ਉੱਥੇ ਮੋਟਰ ਆਪਣੀ 'ਤੇ ਦੇਖਣ, ਪੱਠੇ ਵੱਢਣੇ ਸੀ, ਪੱਠੇ ਵੱਢਣ ਆਇਆ ਅਤੇ ਦੇਖਿਆ ਅਤੇ ਆ ਕੇ ਟਰਾਂਸਫਾਰਮ ਥੱਲੇ ਸੁੱਟਿਆ ਸੀ ਅਤੇ ਸਾਰਾ ਵਿੱਚੋਂ ਲੈ ਗਏ ਸਮਾਨ ਕੱਢ ਕੇ। ਚੋਰੀ ਕਰ ਲਿਆ? ਚੋਰੀ ਕਰ ਲਿਆ ਗਿਆ ਜੀ, ਅਤੇ ਇਹਦੇ ਵਿੱਚ ਕੁਛ ਨਹੀਂ ਛੱਡਿਆ। ਜਦੋਂ ਮੈਂ ਆ ਕੇ ਦੇਖਿਆ, ਇੱਕ ਮੇਰੇ ਲਾਗੇ ਮੋਟਰ ਹੈ ਜੀ, ਮੇਰਾ ਗੁਆਂਢੀ ਹੈਗਾ ਸੁਨੀਲ ਕੁਮਾਰ, ਇੱਕ ਉਹਦਾ ਟਰਾਂਸਫਾਰਮ ਹੈ, ਉਹਦਾ ਵੀ ਚੋਰੀ ਹੋਈ ਸੁਨੀਲ ਭਾਅ ਜੀ, ਅਤੇ ਉਹਦਾ ਵੀ ਲੈ ਗਏ ਸਭ ਕੁਛ। ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ? ਅਸੀਂ ਪੁਲਿਸ ਤੋਂ ਇਹੀ ਮੰਗ ਕਰਦੇ ਹਾਂ ਜੀ, ਇਹ ਜਿਹੜੀ ਵਾਰਦਾਤਾਂ ਹੋ ਰਹੀਆਂ, ਚੋਰੀਆਂ ਹੋ ਰਹੀਆਂ, ਇਹਦੇ ਬਾਰੇ ਕੋਈ ਅਣਕੇਲ ਕੱਸੀ ਜਾਵੇ ਅਤੇ ਅੱਗੇ ਤੋਂ ਸਾਡਾ ਇਹੋ ਜਿਹਾ ਨੁਕਸਾਨ ਨਾ ਹੋਵੇ। ਮੋਟਰ 'ਤੇ ਤੁਹਾਡੇ ਚੋਰੀ ਹੋਈ ਹੈ, ਕੀ ਹੋਇਆ, ਕਿੱਦਾਂ ਮਾਮਲਾ ਪੂਰਾ ਦੱਸੋ। ਇਹ ਜੀ ਸਾਨੂੰ ਕੱਲ੍ਹ ਸ਼ਾਮੀ ਪਤਾ ਲੱਗਾ ਹੈ, ਜਿਲ੍ਹੇ ਅਸੀਂ ਫੇਰਾ ਮਾਰਨ ਆਏ ਹਾਂ ਅਤੇ ਇੱਥੇ ਦੇਖਿਆ ਤਾਂ ਟਰਾਂਸਫਾਰਮ ਖੁੱਲ੍ਹਿਆ ਪਿਆ, ਸਮਾਨ ਸਾਰਾ ਚੋਰੀ ਹੋ ਗਿਆ, ਵਿੱਚੋਂ ਤੇਲ ਕੱਢ ਕੇ ਲੈ ਗਏ ਜੀ। ਇਹ ਕਦੋਂ ਦੀ ਗੱਲ ਹੈ? ਇਹ ਸਾਨੂੰ ਤਾਂ ਕੱਲ੍ਹ ਸ਼ਾਮੀ ਪਤਾ ਲੱਗਾ, ਮੇਰੇ ਨਾਲ ਦੇ ਦੀ ਵੀ ਮੋਟਰ ਚੋਰੀ ਹੋਈ ਸੀ, ਉਹਦੇ ਦੀ ਖਬਰ ਸੁਣ ਕੇ ਮੈਂ ਆਪਣੀ ਦੇਖਣ ਆਇਆ ਅਤੇ ਦੇਖਿਆ ਤਾਂ ਮੇਰਾ ਵੀ ਚੋਰੀ ਹੋ ਗਿਆ ਟਰਾਂਸਫਾਰਮ ਤੋਂ, ਤੇਲ ਵੀ ਅਤੇ ਵਿੱਚੋਂ ਜੋ ਵੀ ਹੁੰਦਾ ਇਹਦਾ ਸਮਾਨ। ਹੋਰ ਵੀ ਤਾਰਾ ਤੂਰਾ ਨੁਕਸਾਨ ਕਰਕੇ ਗਏ? ਹਾਂਜੀ ਹਾਂਜੀ, ਪੂਰਾ ਨੁਕਸਾਨ ਕਰਿਆ, ਸਗੋਂ ਅਸੀਂ ਵੈਲਡਿੰਗ ਕਰਵਾਇਆ ਹੋਇਆ ਸੀ ਟਰਾਂਸਫਾਰਮ, ਉਹ ਵੀ ਉਹਨਾਂ ਨੇ ਕਟਰ ਨਾਲ ਵੱਢ ਕੇ ਅਤੇ ਵਿੱਚੋਂ ਸਭ ਕੁਝ ਲੈ ਗਏ ਕੱਢ ਕੇ। ਅਤੇ ਕੀ ਮੰਗ ਕਰਦੇ ਹੋ ਅੱਗੇ ਵੀ ਨੰਗਲ ਬਿਹਾਲਾਂ 'ਚ ਆਏ ਦਿਨ ਚੋਰੀਆਂ ਹੋ ਰਹੀਆਂ? ਕੀ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ, ਅਸੀਂ ਪ੍ਰਸ਼ਾਸਨ ਕੋਲੋਂ ਵੀ ਪੁਲਿਸ ਵਾਲਿਆਂ ਕੋਲ ਵੀ ਮੰਗ ਕਰਦੇ ਹਾਂ ਕਿ ਚੋਰਾਂ 'ਤੇ ਨਕੇਲ ਕੱਸੀ ਜਾਵੇ। ਕੀ ਜਿਹੜਾ ਮਾਮਲਾ ਚੋਰੀ ਦਾ ਹੋਇਆ ਆਇਆ ਸਾਹਮਣੇ ਪਿੰਡ ਵਿੱਚ? ਸਾਡੇ ਪਿੰਡ ਪਿਛਲੇ 2 ਰਾਤ ਪਹਿਲਾਂ ਜੀ ਇਹ ਟਰਾਂਸਫਾਰਮ 2 ਖੋਲ੍ਹੇ ਆ, ਸਾਰਾ ਸਮਾਨ ਚੋਰ ਲੈ ਗਏ ਨੇ ਇਹਨਾਂ ਦਾ ਕੱਢ ਕੇ। ਹਾਂ, ਕਾਫੀ ਚੋਰੀਆਂ ਜੀ ਪਿੰਡ, ਪਹਿਲਾਂ 2 ਦੁਕਾਨਾਂ 'ਤੇ ਚੋਰੀ ਹੋ ਗਈ, ਉਸ ਤੋਂ ਬਾਅਦ ਇਹ ਹੋ ਗਈਆਂ। ਹੁਣ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਜੀ ਇਹ ਚੋਰਾਂ ਨੂੰ ਫੜ ਕੇ ਜਿਹੜਾ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸਰ, ਜਿਹੜਾ ਨੰਗਲ ਭਿਆਲਿਆਂ 'ਚ ਕੀ ਮਾਮਲਾ ਚੋਰੀ ਦਾ ਇਤਲਾਹ ਮਿਲੀ ਸੀ ਟੈਲੀਫੋਨ 'ਤੇ ਵੀ ਟਰਾਂਸਫਰ ਚੋਰੀ ਹੋਏ ਆ, ਜਿਹੜੇ ਅਸੀਂ ਮੌਕੇ 'ਤੇ ਪੁੱਜੇ ਹਾਂ ਜੀ, ਮੌਕਾ ਵੇਖਿਆ, ਮੌਕੇ ਤੋਂ ਜਿਹੜੇ 2 ਟਰਾਂਸਫਾਰਮਰ ਚੋਰੀ, ਇਹਨਾਂ 'ਚੋਂ ਤੇਲ ਵਗੈਰਾ ਚੋਰੀ ਹੋਇਆ ਆ। ਇਸ ਸੰਬੰਧੀ ਜਿਹੜੀ ਇਹਨਾਂ ਦਰਖਾਸਤ ਲੈ ਕੇ ਬਣਦੀ ਕਾਰਵਾਈ ਜਿਹੜੀ ਅਮਲ 'ਚ ਲਿਆਉਂਦੀ ਜਾਵੇਗੀ, ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ।